ਪੰਜਾਬ ਵਿਧਾਨ ਸਭਾ 'ਚ ਦੋ ਸ਼ਖਸ ਬੜਾ ਆਹਮੋ ਸਾਹਮਣੇ ਰਹਿੰਦੇ ਰਹੇ ਨੇ। ਪਿਛਲੀ ਸਰਕਾਰ ਦੇ ਅੰਦਰ ਸੁਖਬੀਰ ਬਾਦਲ ਨੇ ਚਰਨਜੀਤ ਚੰਨੀ 'ਤੇ ਬੜਾ ਵੱਡਾ ਤਵਾ ਲਾਇਆ ਸੀ ਪੈਚਵਰਕ ਨੂੰ ਲੈ ਕੇ। ਅੱਜ ਚਰਨਜੀਤ ਚੰਨੀ ਨੇ ਸੁਖਬੀਰ ਬਾਦਲ ਨੂੰ ਬੜਾ ਕਸੂਤਾ ਘੇਰਿਆ ਹੈਗਾ। ਹਾਲਾਂਕਿ ਕਿਹਾ ਗਿਆ ਕਿ ਵਿਧਾਨ ਸਭਾ 'ਚ ਸ਼ਬਦ ਐਕਸਪੰਜ ਹੋ ਚੁੱਕੇ ਨੇ, ਜਿਹੜਾ ਮੀਡੀਆ ਨਹੀਂ ਬੋਲ ਸਕਦਾ, ਪਰ ਚੰਨੀ ਸਾਡੇ ਨਾਲ, ਉਹਨਾਂ ਤੋਂ ਪੁੱਛ ਲੈਂਦੇ ਹਾਂ ਹੋਏ ਨੇ ਜਾਂ ਨਹੀਂ ਹੋਏ, ਗੱਲ ਕੀ ਸੀਗੀ। ਚੰਨੀ ਸਾਹਿਬ, ਸਭ ਤੋਂ ਪਹਿਲਾਂ ਗੱਲ ਦੱਸੋ ਕਿ ਸਵਾਲ ਕੀ ਕੀਤਾ ਸੁਖਬੀਰ ਬਾਦਲ? ਸੁਣਿਆ ਮੈਂ ਵੀ ਹਾਂ, ਮੈਂ ਤਾਂ ਨਹੀਂ ਕਹਿੰਦਾ ਕੱਲ੍ਹ ਨੂੰ ਕਿਤੇ ਸਾਨੂੰ ਘੇਰ ਰਹੇ ਨੇ ਸਪੀਕਰ ਤੁਹਾਡੇ। ਅੱਜ ਵਾਈਸ ਸੈਸ਼ਨ 'ਤੇ ਬਹਿਸ ਦੌਰਾਨ ਸੁਖਬੀਰ ਬਾਦਲ ਜੀ ਨੇ ਲੈਕਚਰ ਕੀਤਾ ਅਤੇ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਇਹ ਸੱਚ ਨਹੀਂ ਬੋਲਣਾ ਚਾਹੀਦਾ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ, ਨਹੀਂ ਤਾਂ ਬਾਹਰੋਂ ਲੋਕ ਇੱਥੇ ਪੰਜਾਬ ਵੱਲ ਨੂੰ ਆਉਣਗੇ ਨੇ, ਇਹਨਾਂ ਨੂੰ ਇਹ ਨਹੀਂ ਦੱਸਣਾ ਚਾਹੀਦਾ। ਮੈਂ ਉਹਨਾਂ ਨੂੰ ਕਿਹਾ ਕਿ ਜੀ ਤੁਹਾਨੂੰ ਝੂਠ ਬੋਲਣ ਦੀ ਆਦਤ ਹੈ, ਤੁਸੀਂ ਇਹ ਸਰਕਾਰ ਨੂੰ ਹਦਾਇਤ ਨਾ ਕਰੋ ਕਿ ਸਰਕਾਰ ਵੀ ਤੁਹਾਡੇ ਕਿਸੇ 'ਤੇ ਝੂਠ ਬੋਲੇ। ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਕਿ ਜੀ ਤੁਸੀਂ ਝੂਠ ਬੋਲਦੇ ਹੋ ਅਤੇ ਤੁਸੀਂ ਸਿੱਖ ਕੌਮ ਦੇ ਸਿਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਕੇ ਅੰਮ੍ਰਿਤ ਨਹੀਂ ਛਕਿਆ ਹੋਇਆ, ਤੁਸੀਂ ਅੱਜ ਖੜ੍ਹੇ ਹੋ ਕੇ ਇੱਥੇ ਕਲੀਅਰ ਕਰੋ ਤੁਸੀਂ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ। ਔਰ ਅੰਮ੍ਰਿਤ ਛਕੜੇ ਹੋਏ ਜਿਹੜਾ ਬੰਦਾ ਹੈ ਉਹਨੂੰ ਪ੍ਰਮਾਣ ਦੀ ਹੋਰ ਕੋਈ ਜ਼ਰੂਰਤ ਨਹੀਂ ਹੁੰਦੀ, ਉਹ ਆਪਣੀ ਪਾਈ ਹੋਈ ਗਾਤਰਾ ਕਿਰਪਾਨ ਦਿਖਾ ਸਕਦਾ ਹੈ। ਮੈਂ ਕਿਹਾ ਜੀ ਤੁਸੀਂ ਖੜ੍ਹੇ ਹੋ ਕੇ ਆਪਣੀ ਕਿਰਪਾਨ ਦਿਖਾ ਦਿਉ। ਉਹ ਬੰਦਾ ਖੜ੍ਹਾ ਨਹੀਂ ਹੋਇਆ ਕਿਉਂਕਿ ਝੂਠਾ ਸੀ। ਬਹੁਤ ਸਾਰੇ ਸਾਡੇ ਮੈਂਬਰਾਂ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਉਹਨਾਂ ਨੇ ਆਪਣੀਆਂ ਕਿਰਪਾਨਾਂ ਦਿਖਾਈਆਂ, ਲੇਕਿਨ ਸੁਖਬੀਰ ਬਾਦਲ ਨੇ ਅੰਮ੍ਰਿਤ ਛਕਿਆ ਨਹੀਂ ਹੋਇਆ। ਉਸ ਨੇ ਸਿੱਖ ਕੌਮ ਦੇ ਨਾਲ ਧੋਖਾ ਕੀਤਾ ਹੈ, ਸਿੱਖ ਕੌਮ ਨੂੰ ਇਹ ਝੂਠ ਬੋਲਿਆ ਕਿ ਜੀ ਮੈਂ ਅੰਮ੍ਰਿਤ ਛਕ ਲਿਆ। ਪ੍ਰੈਸ ਗੈਲਰੀ 'ਚ ਬੈਠੇ ਚੰਨੀ ਸਾਹਿਬ ਸਾਨੂੰ ਗੱਲਾਂ ਸੁਣ ਨਹੀਂ ਰਹੀਆਂ ਸੀ ਕਿਉਂਕਿ ਮਾਈਕ ਬੰਦ ਕਰਵਾ ਦੇ ਸਪੀਕਰ ਸਾਹਿਬ ਨੇ। ਕੀ ਗੱਲਬਾਤ ਫਿਰ ਬਾਅਦ 'ਚ ਜਿਹੜੀ ਤੂੰ ਮੈਂ ਹੋ ਰਹੀ ਸੀ ਉਹਦੇ 'ਚ ਕੀ ਹੋ ਰਿਹਾ ਸੀ? ਸੁਖਬੀਰ ਬਾਦਲ ਕੀ ਕਹਿ ਰਹੇ ਸੀ, ਤੁਸੀਂ ਕੀ ਕਹਿ ਰਹੇ ਸੀ, ਬਿਕਰਮ ਮਜੀਠੀਆ ਕੀ ਕਹਿ ਰਹੇ ਸੀ? ਉਹਦੀ ਸਪੋਰਟ 'ਤੇ ਸਾਰੇ ਅਕਾਲੀ ਆਏ ਆ, ਲੇਕਿਨ ਉਹਨਾਂ ਪਾਸ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਕਿ ਜੀ ਸੁਖਬੀਰ ਬਾਦਲ ਨੇ ਅੰਮ੍ਰਿਤ ਜਿਹੜਾ ਕਿਉਂ ਨਹੀਂ ਛਕਿਆ। ਅਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਅੱਜ ਤੱਕ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਏ ਹੈ, ਸ਼੍ਰੋਮਣੀ ਅਕਾਲੀ ਦਲ ਪੰਥਕ ਸੰਸਥਾ ਹੈ, ਪੰਥ ਦੀ ਨੁਮਾਇੰਦਗੀ ਕਰਦੀ ਹੈ, ਇਹਦਾ ਪ੍ਰਧਾਨ ਅੱਜ ਤੱਕ ਕਦੇ ਵੀ ਇਹ ਨਹੀਂ ਹੋਇਆ ਕਿ ਉਹ ਅੰਮ੍ਰਿਤਧਾਰੀ ਨਾ ਹੋਵੇ, ਪੂਰਨ ਰੂਪ ਦੇ ਵਿੱਚ ਸਿੱਖ ਨਾ ਹੋਵੇ, ਤੁਸੀਂ ਕਿਉਂ ਨਹੀਂ ਅੰਮ੍ਰਿਤ ਛਕਿਆ ਹੋਇਆ? ਸੋ ਮੈਂ ਅੱਜ ਅਕਾਲ ਤਖਤ ਸਾਹਿਬ ਦੇ ਅੱਛਾ ਸੁਖਬੀਰ ਬਾਦਲ ਨੇ ਕਦੇ ਦਾਅਵਾ ਕੀਤਾ ਇਸ ਗੱਲ ਦਾ ਕਿ ਉਹਨਾਂ ਦਾ ਅੰਮ੍ਰਿਤ ਛਕਿਆ? ਇਸ ਗੱਲ ਦੀ ਕਦੇ ਚਰਚਾ ਹੋਈ ਹੈ ਕਿਉਂਕਿ ਤੁਸੀਂ ਤਾਂ ਬੜਾ ਲੰਬੇ ਸਮੇਂ ਤੋਂ ਸਿਆਸਤ 'ਚ, ਕਦੇ ਚਰਚਾ ਹੁੰਦੀ ਰਹੀ ਹੈ ਇਸ ਗੱਲ ਦੀ? ਸੁਖਬੀਰ ਬਾਦਲ ਜੀ ਨੇ ਅਨੰਦਪੁਰ ਸਾਹਿਬ ਤੋਂ ਇੱਕ ਉੱਥੇ ਫੋਟੋ ਧਰਾ ਕੇ ਬਾਹਰ ਆ ਕੇ ਗੁਰਦੁਆਰੇ ਤੋਂ ਇਹ ਐਲਾਨ ਕੀਤਾ ਜੀ ਕਿ ਮੈਂ ਅੱਜ ਅੰਮ੍ਰਿਤ ਛਕ ਲਿਆ, ਜਿਹੜਾ ਕਿ ਇੱਕ ਝੂਠਾ ਐਲਾਨ ਸੀ, ਕੌਮ ਨੂੰ ਗੁੰਮਰਾਹ ਕਰਨ ਵਾਲਾ ਐਲਾਨ ਸੀ। ਅੱਜ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕਰਦਾ, ਜਥੇਦਾਰ ਸਾਹਿਬ ਤੋਂ ਕਿ ਜੀ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਹੀ ਨਹੀਂ ਬਲਕਿ ਉਹਦਾ ਪ੍ਰਧਾਨ ਝੂਠ ਬੋਲ ਰਿਹਾ, ਤੁਸੀਂ ਇਸ ਨੂੰ ਤਲਬ ਕਰੋ, ਇਸ ਨੂੰ ਪੁੱਛੋ ਕਿ ਤੂੰ ਪੂਰਨ ਰੂਪ ਦੇ ਵਿੱਚ ਸਿੱਖ ਕਿਉਂ ਨਹੀਂ ਹੈ ਅਤੇ ਕਿਉਂ ਅੰਮ੍ਰਿਤ ਨਹੀਂ ਛਕਿਆ ਹੋਇਆ, ਕਿਉਂ ਨਾ ਤੈਨੂੰ ਤਨਖਾਹੀਆਂ ਡਿਕਲੇਅਰ ਕਰ ਦਿੱਤਾ ਜਾ। ਮੋਗਾ ਕਾਨਫਰੰਸ ਤੋਂ ਬਾਅਦ ਅਕਾਲੀ ਦਲ ਪੰਜਾਬੀ ਪਾਰਟੀ ਬਣ ਗਈ ਸੀ, ਤੁਹਾਡੇ ਵੀ ਯਾਦ ਆ, ਅਕਾਲੀ ਦਲ ਨੇ ਕਿਹਾ ਕਿ ਅਸੀਂ ਸੈਕੂਲਰ ਪਾਰਟੀ ਹਾਂ, ਸਿੱਖਾਂ ਦੀ ਪਾਰਟੀ ਨਹੀਂ ਹੈਗੀ। ਇਹ ਗੱਲ ਮੋਗਾ ਕਾਨਫਰੰਸ ਦੇ ਅੰਦਰ 97 ਤੋਂ ਪਹਿਲਾਂ ਗੱਲ ਹੋਈ ਸੀ, ਤੁਹਾਡੇ ਵੀ ਯਾਦ ਹੋਊਗਾ। ਫਿਰ ਜੇ ਕੋਈ ਪਾਰਟੀ ਸੈਕੂਲਰ ਆ, ਹਾਲਾਂਕਿ ਹਾਈ ਕੋਰਟ 'ਚ ਕੇਸ ਵੀ ਚੱਲ ਰਿਹਾ ਹੈਗਾ ਇੱਕ ਕਿ ਅਕਾਲੀ ਦਲ ਆਪਣੀ ਆਈਡੈਂਟੀ ਨੂੰ ਕਿਵੇਂ ਬਦਲ ਰਿਹਾ ਹੈਗਾ, ਜੇ ਕੋਈ ਪਾਰਟੀ ਸੈਕੂਲਰ ਆ ਤਾਂ ਜ਼ਰੂਰੀ ਥੋੜ੍ਹੀ ਆ ਕਿਸੇ ਦਾ ਅੰਮ੍ਰਿਤ ਛਕਿਆ ਹੋਵੇ। ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਾਂ ਤਾਂ ਸੁਖਬੀਰ ਬਾਦਲ ਜੀ ਕਹਿ ਦੇਣ ਕਿ ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ, ਅਸੀਂ ਸਿੱਖਾਂ ਦੀ ਨੁਮਾਇੰਦਾ ਪਾਰਟੀ ਨਹੀਂ ਹੈ, ਜਾਂ ਉਹ ਆਪਣਾ ਅੰਮ੍ਰਿਤ ਛਕਿਆ ਵਾ ਦਿਖਾ ਦੇਣ, ਜਾਂ ਅਕਾਲ ਤਖਤ 'ਤੇ ਜਾਵੇ ਮਾਫ਼ੀ ਮੰਗ ਲੈਣ। ਇਹੀ ਮੈਂ ਗੱਲ ਕਰ ਮੈਂ ਕਿਹਾ ਸਿੱਖਾਂ 'ਚ ਜੇ ਹੋਣ ਵੀ ਤੁਹਾਨੂੰ ਐਂ ਲੱਗਦਾ ਹੈਗਾ ਕਿ ਇਹ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਕਿ ਜੇ ਨਾ ਛਕਣ ਜਾਂ ਤੁਹਾਨੂੰ ਲੱਗਦਾ ਦਾਅਵੇਦਾਰੀ ਕੀਤੀ ਸੀ ਤਾਂ ਕਰਕੇ? ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਭਾਰੀ ਇਤਿਹਾਸ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਹੀ ਸੁਲਝੀ ਹੋਈ ਜਮਾਤ ਪਹਿਲਾਂ ਰਹੀ ਹੈ, ਇਸ ਨੇ ਸਿੱਖ ਕੌਮ ਦੀ ਨਹੀਂ ਦੇਸ਼ ਦੀ ਬੜੀ ਭਾਰੀ ਸੇਵਾ ਕੀਤੀ ਹੈ। ਇਹਦੇ ਵਿੱਚ ਸੱਚਾਈ ਹੁੰਦੀ ਸੀ। ਕੋਈ ਸਮਾਂ ਸੀ ਜਦੋਂ ਕੋਈ ਜਥੇਦਾਰ ਬੱਸ ਵਿੱਚ ਬੈਠਾ ਹੁੰਦਾ ਸੀ ਤਾਂ ਧੀਆਂ ਪੈਣਾ ਮਹਿਫੂਜ਼ ਸਮਝਦੀਆਂ ਸੀ, ਲੋਕ ਸਮਝਦੇ ਸੀ ਕਿ ਸਾਡਾ ਜਥੇਦਾਰ ਸਾਹਿਬ ਬੈਠੇ ਹੈ। ਅੱਜ ਜਦੋਂ ਤੋਂ ਬਿਕਰਮ ਮਜੀਠੀਆ ਸੁਖਬੀਰ ਬਾਦਲ ਦਾ ਰਾਜ ਹੋਇਆ ਅਕਾਲੀ ਦਲ ਦੇ ਵਿੱਚ, ਅਕਾਲੀ ਦਲ ਦੇ ਵਿੱਚ ਨਿਘਾਰ ਆ ਗਿਆ, ਕਿਉਂਕਿ ਇਹ ਪੂਰਨ ਰੂਪ ਦੇ ਸਿੱਖ ਕੌਮ ਦੇ ਅਸੂਲਾਂ 'ਤੇ ਚੱਲਣ ਵਾਲੇ ਬੰਦੇ ਨਹੀਂ ਹੈ, ਇਹ ਹਰ ਤਰ੍ਹਾਂ ਦਾ ਕੰਮ ਕਰਨ ਵਾਲੇ ਬੰਦੇ ਹੈ, ਇਹ ਕਿਸੇ ਤਰ੍ਹਾਂ ਵੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ। ਤੁਸੀਂ ਵਿਧਾਨ ਸਭਾ 'ਚ ਇਹ ਸਵਾਲ ਉਠਾਇਆ ਜਾਂ ਅੱਗੇ ਵੀ ਪੁੱਛਦੇ ਰਹੋਗੇ ਇਹ ਸਵਾਲ ਸੁਖਬੀਰ ਬਾਦਲ ਨੂੰ, ਜਿਹੜਾ ਤੁਸੀਂ ਅੱਜ ਪੁੱਛਿਆ ਹੈਗਾ ਕਿ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ? ਇਹ ਢੀਠ ਬੰਦੇ ਹੈ, ਅੱਜ ਮੈਂ ਇਹਨਾਂ ਦੇ ਅਸਲੀ ਪੈਚ ਲਗਾ ਤੇ। ਲਾਊਡ ਸਪੀਕਰ ਦਾ ਜਿਹੜਾ ਸ਼ੋਰ ਹੈ ਪੰਜਾਬ ਦੇ ਵਿੱਚ, ਉਹਦੇ ਵੀ ਉਹਦਾ ਮੁੱਦਾ ਕੀ ਹੈ, ਕਿੰਨਾ ਗੰਭੀਰ ਮੁੱਦਾ ਤੇ ਸਰਕਾਰ ਇਹਦੇ ਨੂੰ ਨਹੀਂ ਕਦਮ ਲਾਇਆ? ਇਹ ਬਹੁਤ ਹੀ ਬੜਾ ਅੱਛਾ ਮੁੱਦਾ ਅੱਜ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਗਿਆ। ਹਰ ਮਿਊਂਸੀਪਲ ਕਮੇਟੀ ਨੂੰ ਇਹ ਪਾਵਰ ਹੈਗੀ ਹੈ ਕਿ ਜਦੋਂ ਮੈਂ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਸੀ, ਮੈਂ ਖਰੜ ਦੇ ਵਿੱਚ
ਇਹ ਗੁਰਦੁਆਰਾ ਮੰਦਰਾਂ ਤੋਂ ਬਾਹਰ ਆਵਾਜ਼ ਜਾਣੀ ਬੰਦ ਕੀਤੀ ਹੋਈ ਸੀ। ਹਰ ਮਿਊਂਸਪਲ ਕਮੇਟੀ ਕਰ ਸਕਦੀ ਹੈ, ਉਹਨਾਂ ਨੂੰ ਪਾਵਰ ਹੈ ਕਿ ਉਹ ਜਿਹੜੀ ਫਾਲਤੂ ਬਾਹਰ ਆਵਾਜ਼ ਜਾਂਦੀ ਹੈ ਗੁਰਦੁਆਰੇ ਮੰਦਰਾਂ ਅਤੇ ਮਸਜਿਦਾਂ ਦੀ, ਇਸ ਨੂੰ ਬੰਦ ਕਰ ਦੇਵੇ ਤਾਂ ਕਿ ਅੰਦਰ ਅੰਦਰ ਆਵਾਜ਼ ਰਹੇ। ਬੱਚਿਆਂ ਦੇ ਪੇਪਰ ਹੈ ਆਉਣ ਵਾਲੇ ਸਮੇਂ 'ਚ, ਬੱਚਿਆਂ ਨੇ ਪੇਪਰਾਂ ਦੀ ਤਿਆਰੀ ਕਰਨੀ ਹੈ ਅਤੇ ਹੋਰ ਕੋਈ ਬਿਮਾਰ ਵੀ ਹੁੰਦਾ ਹੈ। ਸਾਰੀ ਸ਼ਾਮ ਨੂੰ ਸਵੇਰ ਨੂੰ ਕੰਨਾਂ ਵਿੱਚ ਇੰਨੀ ਤੇਜ਼ ਆਵਾਜ਼ ਆਉਣੀ ਇਹ ਠੀਕ ਨਹੀਂ ਹੈ। ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ, ਪੀਸਫੁੱਲ ਲਾਈਫ ਡਿਸਟਰਬ ਹੁੰਦੀ ਹੈ। ਇਸ ਕਰਕੇ ਜਿਹਨੇ ਪਾਠ ਸੁਣਨਾ ਉਹ ਗੁਰਦੁਆਰਾ ਸਾਹਿਬ 'ਚ ਜਾ ਕੇ ਅੰਦਰ ਸੁਣ ਸਕਦਾ, ਬਾਹਰ ਉੱਚੀ ਆਵਾਜ਼ਾਂ ਠੀਕ ਨਹੀਂ ਹੈ। ਜਿਹੜਾ ਕਾਲਜਾਂ ਦੇ ਵਿੱਚ ਇਲੈਕਸ਼ਨ ਹੋਣੇ ਹੈ ਇਹ ਬਹੁਤ ਹੀ ਜ਼ਰੂਰੀ ਗੱਲ ਹੈ, ਕਿਉਂਕਿ ਮੈਂ ਵੀ ਸਕੂਲ ਵਿੱਚ ਵੀ ਇਲੈਕਸ਼ਨ ਲੜਿਆ ਸੀ, ਕਾਲਜ ਵਿੱਚ ਵੀ ਲੜਿਆ ਸੀ। ਇਹ ਨਰਸਰੀ ਹੁੰਦੇ ਆ ਆਉਣ ਵਾਲੇ ਸਮੇਂ ਦੀ ਰਾਜਨੀਤਿਕ ਲੋਕਾਂ ਦੀ, ਉਹ ਕਾਲਜ ਦੇ ਵਿੱਚ ਤਿਆਰ ਹੁੰਦੇ ਆ, ਇਲੈਕਸ਼ਨ ਲੜਦੇ ਆ, ਇਲੈਕਸ਼ਨ ਲੜਨ ਦਾ ਢੰਗ ਸਿੱਖਦੇ ਆ, ਲੋਕਾਂ ਦੇ ਕੰਮ ਕਰਨ ਦਾ ਢੰਗ ਸਿੱਖਦੇ ਆ। ਉੱਥੇ ਤਿਆਰੀ ਹੁੰਦੀ ਹੈ ਇੱਕ ਨੌਜਵਾਨ ਦੀ ਆਉਣ ਵਾਲੇ ਸਮੇਂ ਵਾਸਤੇ, ਇਸ ਕਰਕੇ ਇਲੈਕਸ਼ਨ ਬਹੁਤ ਜ਼ਰੂਰੀ ਹੈ। ਇਹ ਬੜੀ ਭਾਰੀ ਨੌਜਵਾਨਾਂ ਦੀ ਅਤੇ ਸਟੂਡੈਂਟਸ ਯੂਨੀਅਨ ਦੀ ਡਿਮਾਂਡ ਸੀ ਜਿਹੜੀ ਅਸੀਂ ਪੂਰੀ ਕੀਤੀ ਅੱਜ ਕੈਪਟਨ ਸਾਹਿਬ ਨੇ। ਮੈਂ ਕੈਪਟਨ ਸਾਹਿਬ ਦਾ ਬੜਾ ਧੰਨਵਾਦੀ ਹਾਂ, ਕਿਉਂਕਿ ਮੈਂ ਵੀ ਵਿਦਿਆਰਥੀ ਜੀਵਨ ਦੇ ਵਿੱਚ ਇਸ ਇਲੈਕਸ਼ਨਾਂ ਦੇ ਵਿੱਚ ਅਤੇ ਰਾਜਨੀਤੀ ਦੇ ਵਿੱਚ ਅਤੇ ਖੇਡਾਂ ਦੇ ਵਿੱਚ ਹਿੱਸਾ ਲੈਂਦਾ ਰਿਹਾ। ਇਹ ਬਹੁਤ ਹੀ ਅੱਛਾ ਕਦਮ ਹੈ ਔਰ ਇਹਦੀ ਸਾਰੇ ਲੋਕ ਹੀ ਸ਼ਲਾਘਾ ਕਰ ਰਹੇ ਹਨ।